ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ Harika Job Alert ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਇੱਕ ਦੋ ਅਪਡੇਟਸ ਤੁਹਾਨੂੰ ਦੇਣੀਆਂ ਸੀਗੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵੱਲੋਂ ਪਹਿਲੀ ਅਪਡੇਟ ਤਾਂ ਇਹ ਹੈ ਕਿ ਵੇਰੀਅਸ ਪੈਰਾਮੈਡੀਕਲ ਜਿਹੜੀਆਂ ਪੋਸਟਾਂ ਸੀਗੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਦੇ ਵਿੱਚ ਡਾਈਟ ਸੁਪਰਵਾਈਜ਼ਰ ਹ ਹੋਸਟਲ ਅਸਿਸਟੈਂਟ ਵਗੈਰਾ ਜੋ ਵੀ ਪੋਸਟਾਂ ਸੀ ਠੀਕ ਹੈ ਫਾਰਮਾਸਿਸਟ ਵਗੈਰਾ ਤਾ ਉਹਨਾਂ ਦੇ ਐਡਮਿਟ ਕਾਰਡ ਵੀ ਜਿਹੜੇ ਜਾਰੀ ਹੋ ਚੁੱਕੇ ਨੇ 19 12 2021 ਨੂੰ ਇਗਜ਼ਾਮ ਇਹਨਾਂ ਦਾ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਜਿਹਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਚ ਦਿੱਕਤ ਆ ਰਹੀ ਹੈ ਉਹ ਇਹਨਾਂ ਨੂੰ ਮੇਲ ਕਰ ਸਕਦੇ ਆ way to confirm fee @therightgmail.com 17 12 2021 ਤੱਕ ਤੁਸੀਂ ਇਹਨਾਂ ਨੂੰ ਮੇਲ ਕਰ ਸਕਦੇ ਹੋ ਤੇ ਦੂਜੀ ਗੱਲ ਵਾਰਡ اٹینڈੈਂਟ ਦੀ ਕੱਪ ਅਪਡੇਟ ਆ ਦੂਜੀ ਗੱਲ ਇਸ ਐਮ ਕੈਂਡੀਡੇਟ ਆ ਜਿਹੜੇ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਪੈਰਾਮੈਡੀਕਲ ਪੋਸਟਾਂ ਦੇ ਲਈ ਜੇਕਰ ਤੁਹਾਨੂੰ ਸਟੱਡੀ ਮਟੀਰੀਅਲ ਜਾਂ ਨੋਟਸ ਵਗੈਰਾ ਚਾਹੀਦਾ ਤਾਂ ਸਾਡੇ ਬਹੁਤ ਹੀ ਅੱਛੇ ਟੀਚਰ ਵਿਨੋਦ ਕੁਮਾਰ ਸਰ ਬਰਨਾਲਾ ਤੋਂ ਤੇ ਉਹਨਾਂ ਦਾ ਮੈਂ ਨੰਬਰ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਰਿਹਾ ਜਿੱਥੇ ਉਹ ਅਲੱਗ-ਅਲੱਗ ਪੋਸਟਾਂ ਦੇ ਲਈ ਤੁਹਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਨਗੇ ਪੈਰਾਮੈਡੀਕਲ ਪੋਸਟਾਂ ਦੇ ਲਈ ਚਾਹੇ ਉਹ ਓਟੀ ਅਸਿਸਟੈਂਟ ਵਗੈਰਾ ਦੀ ਪੋਸਟ ਆ ਜਾਂ ਫਾਰਮਾਸਿਸਟ ਵਗੈਰਾ ਦੀ ਪੋਸਟ ਆ ਉਹਨਾਂ ਕੋਲ ਸਾਰਾ ਅਵੇਲੇਬਲ ਹੈ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਸ ਵੀਡੀਓ ਦੇ ਵਿੱਚ ਦੱਸ ਦਵਾਂ ਕਿ ਵਾਰਡ اٹینڈੈਂਟ ਜਿਹੜੇ ESM ਕੈਂਡੀਡੇਟ ਆ ਉਹਨਾਂ ਦੇ ਲਈ ਕਲਕ ਤੋਂ ਨੋਟਿਸ ਆਇਆ ਕੋਰੀਸੈਂਡਮ ਇਹਨਾਂ ਨੇ ਜਾਰੀ ਕੀਤਾ ਤੇ ਇਹਦੇ ਵਿੱਚ ਦੱਸਿਆ ਕਿ ਵਾਰਟੈਂਡ ਦੀ ਭਰਤੀ ਲਈ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਦੇ ਚਲਾਤ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਡਾਕੂਮੈਂਟ ਵੈਰੀਫਿਕੇਸ਼ਨ ਸੰਬੰਧੀ ਸ਼ਡਿਊਲ ਨੂੰ ਹੱਥ ਲਿਖੇ ਅਨੁਸਾਰ ਪੜ੍ਹਿਆ ਜਾਵੇ ਤੇ ਇਹਦੇ ਵਿੱਚ ESM ਬੁਲਾਇਆ ਕੈਂਡੀਡੇਟ ਐਕਸ ਸਰਵਿਸਮੈਨ ਐਕਸ ਸਰਵਿਸਮੈਨ ਜਨਰਲ ਐਕਸ ਸਰਵਿਸਮੈਨ SCMM&B ਐਕਸ ਸਰਵਿਸਮੈਨ SCR&O ਐਕਸ ਸਰਵਿਸਮੈਨ BC ਤੇ ਨੰਬਰ ਵੀ ਇੱਥੇ ਦਿੱਤੇ ਹੋਏ ਆ ਜਿਵੇਂ ਜਨਰਲ ਦੇ ਜਿਨ੍ਹਾਂ ਦੇ 47 ਤੋਂ ਲੈ ਕੇ 46 ਤੱਕ ਹੈ ਤੇ ਐਕਸ ESM SCMM&B 48 ਤੋਂ 44 ਤੱਕ ਤੇ ESM SCR&O 50 ਤੋਂ 47 ਤੱਕ ISM BC 48 ਤੋਂ 45.75 ਤੱਕ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਮਹੱਤਵਪੂਰਨ ਹੈ ਕਿ ਕੇਵਲ ਸਾਬਕਾ ਫੌਜੀ ਖੁਦ ਜਿਹੜੇ ਸੈਲਫ ਹੁੰਦੇ ਆ ਉਹ ਆਉਣ ਦੇ ਲਈ ਜਿਨ੍ਹਾਂ ਦਾ ਤਜਰਬਾ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਦਾ ਹੈ ਨੂੰ ਹੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਬੁਲਾਇਆ ਗਿਆ ਹੈ ਇਹਦੇ ਵਿੱਚ ਸਿਰਫ ਸੈਲਫ ਨੂੰ ਬੁਲਾਇਆ ਗਿਆ ਡਿਪੈਂਡੈਂਟ ਵਾਲਿਆਂ ਨੂੰ ਨਹੀਂ ਬੁਲਾਇਆ ਗਿਆ ਜਿਹੜੇ ਜਿਨ੍ਹਾਂ ਨੇ ਡਿਪੈਂਡੈਂਟ ਚ ਫਿਲ ਕੀਤੀ ਹੈ ਨਾ ISM ਡਿਪੈਂਡੈਂਟ ਤਾਂ ਉਹਨਾਂ ਨੂੰ ਨਹੀਂ ਸਿਰਫ ਸੈਲਫ ਵਾਲਿਆਂ ਨੂੰ ਬੁਲਾਇਆ ਤੇ ਬਾਕੀ ਜਿਹੜੇ ਹੋਰ ਕੈਟਾਗਰੀਜ਼ ਨੇ ਉਹਨਾਂ ਨੂੰ ਤਾਂ ਆਲਰੇਡੀ ਬੁਲਾਇਆ ਹੀ ਆ ਤੇ ਇਹ ਜਿਹੜੇ ESM ਵਾਲਿਆਂ ਨੂੰ 20 12 2021 1 ਵਜੇ ਬੁਲਾਇਆ ਜਿਹਦੇ ਕੋਲ ਐਕਸਪੀਰੀਅੰਸ ਹੈਗਾ ਸਿਰਫ ਉਹਨਾਂ ਨੇ ਹੀ ਜਾਣਾ ਚਾਹੇ ਤੁਸੀਂ ਐਕ ਸਰਵਿਸਮੈਨ ਹੋ ਪਰ ਜੇਕਰ ਤੁਹਾਡੇ ਕੋਲ ਸਿਹਤ ਵਿਭਾਗ ਦਾ ਐਕਸਪੀਰੀਅੰਸ ਹੈ ਸਰਕਾਰੀ ਐਕਸਪੀਰੀਅੰਸ ਹੈ ਤਾਂ ਹੀ ਤੁਸੀਂ ਉੱਥੇ ਜਾ ਸਕਦੇ ਹੋ ਆਦਰਵਾਇਜ਼ ਤੁਹਾਨੂੰ ਕਨਸੀਡਰ ਨਹੀਂ ਕੀਤਾ ਜਾਏਗਾ ਵਿਦਆਊਟ ਐਕਸਪੀਰੀਅੰਸ ਤੇ ਇਹ ਅਪਡੇਟ ਸੀਗੀ ਤੇ ਬਾਕੀ ਦੀ ਅਪਡੇਟ ਸੀ ਸਾਡਾ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰ